ਸਤਿ ਸ੍ਰੀ ਅਕਾਲ ਇੱਕ ਵਾਰੀ ਫੇਰ ਤੁਹਾਡਾ ਸਾਰਿਆਂ ਦਾ ਤੁਹਾਡੀ ਆਪਣੀ ਪੰਜਾਬੀ ਚੈਨਲ ਹਿੰਦ ਪੰਜਾਬ ਤੇ ਸਵਾਗਤ ਹੈ ਤੇ ਮੈਂ ਬਲਜੀਤ ਪਰਮਾਰ ਹਾਜ਼ਰ ਹਾਂ ਅੱਜ ਦੀ ਨਵੀਂ ਖਬਰ ਲੈ ਕੇ ਪੜ ਉਸ ਤੋਂ ਪਹਿਲਾਂ ਇੱਕ ਵਾਰੀ ਤੁਹਾਨੂੰ ਸਾਰਿਆਂ ਨੂੰ ਨਵੇਂ ਸਾਲ ਦੀ ਬਹੁਤ-ਬਹੁਤ ਵਧਾਈ ਬੜੇ ਸਨੇਹੇ ਮੈਂ ਤੁਹਾਡੇ ਆਏ ਫੇਸਬੁੱਕ ਤੇ ਵੀ WhatsApp ਤੇ Instagram ਤੇ ਤਿੰਨ ਫਾਰੀ ਸੋਸ਼ਲ ਮੀਡੀਆ ਗਰੁੱਪ ਦੇ ਤੇ ਜਿੱਤੇ ਤੁਸੀਂ ਸਾਡੇ ਨਾਲ ਜੁੜੇ ਹੋ ਐ ਹੋ ਤੁਹਾਡਾ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ ਸੱਚੇ ਪਾਤਸ਼ਾਹ ਤੁਹਾਨੂੰ ਸਾਰਿਆਂ ਨੂੰ ਤਰੱਕੀ ਬਖਸ਼ਣ ਖੁਸ਼ ਰਹੋ ਖੁਸ਼ਹਾਲ ਰਹੋ ਚੰਗੀ ਜ਼ਿੰਦਗੀ ਜਿਓ ਅਮਰ ਸ਼ਾਂਤੀ ਤੇ ਬਸਰ ਕਰੋ ਆਉਣ ਵਾਲੀ ਜਨਰੇਸ਼ਨ ਨੂੰ ਸੇਧ ਦਿਓ ਇਮਾਨਦਾਰੀ ਮਿਹਨਤ ਨਾਲ ਆਪਣੀ ਜ਼ਿੰਦਗੀ ਅੱਗੇ ਵਧਾਓ ਇਹ ਮੇਰਾ ਤੁਹਾਨੂੰ ਸਨੇਹਾ ਵੀ ਹੈ ਛੋਟੀ ਉਮਰ ਦੇ ਲੋਕਾਂ ਨੂੰ ਅਸ਼ੀਰਵਾਦ ਮੇਰੀ ਉਮਰ ਦੇ ਵੱਡੇ ਲੋਕਾਂ ਨੂੰ ਮੇਰਾ ਮੇਰੀ ਸਤਿ ਸ੍ਰੀ ਅਕਾਲ ਔਰ ਉਹਨਾਂ ਨੂੰ ਪ੍ਰਣਾਮ ਉਹਨਾਂ ਦੇ ਅਸ਼ੀਰਵਾਦ ਦੀ ਲੋੜ ਮੈਨੂੰ ਆ ਤੇ ਮੈਂ ਤੁਹਾਡੇ ਸਾਰਿਆਂ ਨੂੰ ਇੱਕ ਵਾਰੀ ਫੇਰ ਨਵੇਂ ਸਾਲ ਦੀਆਂ ਬਾਰਕਾਹਾਂ ਦੇਣ ਦੇ ਨਾਲ-ਨਾਲ ਉਸ ਦੋਤਕ ਤਾਂ ਖਬਰ ਦੀ ਗੱਲ ਕਰਾਂਗੇ ਆ ਸਾਲ ਦੇ ਪਹਿਲੇ ਦਿਨ ਜਿਹੜੇ ਪਿਛਲੇ ਕਈ ਦਿਨਾਂ ਤੋਂ ਚਰਚਾ ਚ ਹੈ ਇੱਕ ਪੁਲਿਸ ਅਫਸਰ ਜਿਹਨੂੰ ਯੂਨੀਫਾਰਮ ਮਿਲ ਗਈ ਇੱਕ ਹਥਿਆਰ ਮਿਲ ਗਿਆ ਤੇ ਨਾਲ ਕ੍ਰਿਮੀਨਲਸ ਇਨ ਯੂਨੀਫਾਰਮ ਦਾ ਆਸ਼ੀਰਵਾਦ ਮਿਲ ਗਿਆ ਔਰ ਉਸ ਬੰਦੇ ਨੇ ਨਾ ਦੇਖਿਆ ਨਾਤਾ ਦੇਖਿਆ ਨਾਉ ਜਦੋਂ ਆਨ ਨੂੰ ਮਾਰਨਾ ਸ਼ੁਰੂ ਕਰਤਾ ਕੋਈ ਕੇਸ ਨਹੀਂ ਕੋਈ ਟ੍ਰਾਇਲ ਨਹੀਂ ਕੋਈ ਜੱਜ ਨਹੀਂ ਕੋਈ ਵਕੀਲ ਨਹੀਂ ਸਿਰਫ ਇਹ ਸਾਕਸ਼ ਇਹ ਜੱਜ ਵੀ ਸੀ ਵਕੀਲ ਵੀ ਸੀ ਮੁੰਸਿਬ ਵੀ ਸੀ ਇਹ ਜਲਾਦ ਵੀ ਸੀ ਤੇ ਇਨਸਾਫ ਕਰਨ ਵਾਲਾ ਸਾਰਾ ਕੁਝ ਹੀ ਸੀ ਉਹ ਦਾ ਨਾਮ ਹੈ ਮੰਡੇ ਦਾ ਸਵਰਨ ਸਿੰਘ ਕੋਟਲਾ ਅੱਲਿਗਲ ਤੋਂ ਇਹ ਐ ਜਿਸ ਬੰਦੇ ਦੇ ਨਾਂ ਨਾਲ ਕੋਟਣਾ ਲੱਗ ਜਾਏ ਉਹਦਾ ਅਰਥ ਤਾ ਨੂੰ ਸਾਰਿਆਂ ਨੂੰ ਪਤਾ ਮੈਂ ਅਗਰ ਇਹਦੀ ਕੋਟਣ ਦੀ ਪਰਵਾਹ ਆ ਦੇ ਦੇ ਲੱਗਾ ਤਾਂ ਸ਼ਾਇਦ ਕਈ ਲੋਕਾਂ ਨੂੰ ਇਤਰਾਜ਼ ਹੋਊਗਾ ਉਹ ਗੱਲ ਫੇਰ ਕਦੇ ਕਰਾਂ ਪਰ ਇੱਕ ਬੰਦੇ ਦਾ ਇਤਿਹਾਸ ਅਗਰ ਆਪਾਂ ਦੇਖੀਏ ਮੈਂ ਦੋਰਾ ਇਤਰਾਸ ਤੈਨੂੰ ਆਪਾਂ ਕਹਿ ਸਕਦੇ ਆ ਵਰਦੀ ਪੁਲਿਸ ਤੇ ਮਿਲਦੀ ਆ ਲੋਕਾਂ ਦੇ ਜਾਨ ਮਾਲ ਦੀ ਰੱਖਿਆ ਕਰਨ ਲਈ ਰੱਖਿਆ ਕਰਨ ਲਈ ਤੇ ਜੇ ਤੁਸੀਂ ਲੋਕਾਂ ਦੀਆਂ ਜਾਨਾਂ ਲੈਣੀਆਂ ਸ਼ੁਰੂ ਕਰ ਦਿਓ ਤੇ ਫਿਰ ਲੋਕ ਤੁਹਾਨੂੰ ਜ਼ਾਲਮ ਕਹਿਣਗੇ ਕਾਤਲ ਕਹਿਣਗੇ ਤਸਾਈ ਕਹਿਣਗੇ ਬਹੁਤ ਕੁਝ ਕਹਿਣਗੇ ਕੋਟਰਾ ਤਾਂ ਬੜਾ ਨਾਰਮਲ ਸ਼ਬਦ ਆ ਇਹਦਾ ਕੁਝ ਹੋਰ ਨਾਂ ਰੱਖਣਾ ਚਾਹੀਦਾ ਸੀ ਕਰ ਅੱਜ ਗੱਲ ਕਰਾਂਗੇ ਕਿ ਇਸ ਬੰਦੇ ਨੇ ਆਪਣੀ ਵਾਰਦੀਚ ਰਹਦੇ ਹੋયા ਕਿੰਨੇ ਲੋਕਾਂ ਨੂੰ ਮਾਰਿਆ ਦਾ ਕਿੰਨੇ ਲੋਕਾਂ ਦਾ ਕਤਲ ਹੋਇਆ ਇਹਦੇ ਇੱਕ ਇਹਨੇ ਕੀਤਾ ਦਾ ਕਰਾਇਆ ਇਹ ਸਰਪ੍ਰਸਤੀ ਹੈ ਇੱਕ ਇਨਸਾਫ ਨਾਂ ਦੀ ਸੰਸਥਾ ਇਨਸਾਫ ਆਰਗੇਨਾਈਜੇਸ਼ਨ ਉਹਨਾਂ ਨੇ ਬੜੇ ਲੰਬੇ ਸਮੇਂ ਤੋਂ ਪੂਰੀ ਰਿਸਰਚ ਕਰਕੇ ਪਿੰਡਾਂ ਪਿੰਡਾਂ 'ਚ ਜਾ ਕੇ ਇੱਕ ਸੂਚੀ ਤਿਆਰ ਕੀਤੀ ਆ ਪੰਜਾਬ ਦੇ तकरीबन 40 ਕੁ ਪੁਲਸ ਅਫਸਰਾਂ ਦੀ ਕਿ ਉਹਨਾਂ ਨੇ ਕਿਹੜੇ ਕਿਹੜੇ ਲੋਕਾਂ ਨੂੰ ਕਿਹੜੇ ਕਿਹੜੇ ਪਿੰਡ 'ਚ ਕਿਹੜੇ ਕਿਹੜੇ ਸਾਲ 'ਚ ਮਾਰਿਆ ਕੰਮ ਤਾਂ ਬੜਾ ਔਖਾ ਸੀ ਪਰ ਉਹਨਾਂ ਨੇ ਹੰਬਤ ਕੀਤੀ ਤੇ ਕਰ ਲਿਆ ਪਈ ਤੇ ਕੋਈ ਦਿਨਾਂ ਤੋਂ ਜੱਤੇਦਾਰ ਗੁਰਦੇਵ ਸਿੰਘ ਕੌਕੇ ਦੇ ਵਹਿਸ਼ ਖਿਆਨਾ ਕਤਲ ਦੀਆਂ ਗੱਲਾਂ ਸਾਹਮਣੇ ਆ ਰਹੀਆਂ ਉਹਨਾਂ ਦਾ ਨਾਂ ਵੀ ਇਸ ਲਿਸਟ ਤੇ ਚ ਹੈ ਮਨਹਰਾਨੀ ਕੇਵਰੀ ਹੁੰਦੀ ਹੈ ਕਿ ਉਹ ਜੀਆਂ ਆਰਗੇਨਾਈਜੇਸ਼ਨ ਵੀ ਜਿਨ੍ਹਾਂ ਨੇ ਬਹੁਤ ੱਗਾ ਕੰਮ ਕੀਤਾ ਬੜੀ ਮਿਹਨਤ ਕੀਤੀ ਪਰ ਇਹ ਤੱਥ ਲੋਕਾਂ ਦੇ ਸਾਹਮਣੇ ਰੱਖਣ ਤੇ ਸ਼ਾਇਦ ਕਾਮਯਾਬ ਨਹੀਂ ਹੋਏ ਉਹਨਾਂ ਦੀਆਂ ਰਿਪੋਰਟ ਸਾਹਮਣ ਲੋਕਾਂ ਤੱਕ ਨਹੀਂ ਪਹੁੰਚੀਆਂ ਜਾਂ ਇਹ ਵੀ ਹੋ ਸਕਦਾ ਕਿ ਪਹੁੰਚਣ ਨਹੀਂ ਦਿੱਤੀਆਂ ਗਈਆਂ ਉਹਨਾਂ ਦੀ ਰਿਪੋਰਟ ਮੇਰੇ ਸਾਹਮਣੇ ਆ ਹੈ ਮੈਂ ਇਸ ਆਰਗੇਨਾਈਜੇਸ਼ਨ ਦਾ ਲਿੰਕ ਸਾਡੇ ਜਣਾ ਡਿਸਕ੍ਰਿਪਸ਼ਨ ਬਾਕਸ ਹੰਦਾ ਚੈਨਲ ਦਾ ਉਧਰ ਮੈਂ ਲਿੰਕ ਪਾ ਰਿਹਾ ਤੇ ਤੁਸੀਂ ਉਸ ਲਿੰਕ ਤੇ ਜਾ ਕੇ ਦੇਖ ਸਕਦੇ ਹੋ ਉਸ ਕਾਲੇ ਦੌਰ ਵਿੱਚ ਪੰਜਾਬ ਦੇ ਕਿਹੜੇ ਕਿਹੜੇ ਅਪਤਰਾ ਨੇ ਕਿਹੜੇ ਕਿਹੜੇ ਕੋ ਕਾਰਮ ਕੀਤੇ ਦਾ ਕੰਮ ਕੀਤੇ ਇਹ ਫੈਸਲਾ ਤੁਸੀਂ ਕਰਨਾ ਕਿਉਂਕਿ ਅਦਾਲਤਾਂ ਤਾਂ ਕੇਸ ਗਿਆ ਹੀ ਨਹੀਂ ਇਹਦਾ ਸਮਰੀ ਟ੍ਰਾਇਲ ਹੋ ਗਿਆ ਹ ਉਸ ਤਰ੍ਹਾਂ ਦਾ ਕਾਨੂੰਨ ਜੇ ਹੋ ਜਾ ਮੁਸਲਮ ਕੰਟਰੀ ਚੱਲਦਾ ਸ਼ਰੀਅਤ ਦਾ ਕਾਨੂੰਨ ਕਿ ਮੰਤਵ ਨੇ ਕਹਾਤਾ ਕਤਲ ਤਾਂ ਕਤਲ ਮੰਤਵ ਨੇ ਕਹਾਤਾ ਛੱਡ ਦੇਉਂਦਾ ਛੱਡਦਾ ਉਹਨਾਂ ਇਹ ਨਹੀਂ ਪਤਾ ਕਿ ਹਿੰਦੁਸਤਾਨ ਚ ਸਮੇ ਕਿਹੜਾ ਕਾਨੂੰਨ ਚੱਲਦਾ ਸੀ ਕੌਣ ਮਨਸਬ ਸੀ ਕੌਣ ਫੈਸਲੇ ਲੈਂਦਾ ਸੀ ਤੇ ਕੌਣ ਐਗਜ਼ੀਕਿਊਟ ਕਰਦਾ ਸੀ ਅੱਜ ਤੁਹਾਨੂੰ ਬੜੀ ਲੰਬੀ ਚੌੜੀ ਰਿਪੋਰਟ ਆ ਨੂੰ ਬਹੁਤ ਲੰਬਾ ਸਮਾਂ ਲੱਗੂਗਾ ਤੁਹਾਨੂੰ ਦੱਸਣ ਲਈ ਇਸ ਕਰਕੇ ਮੈਂ ਲਿੰਕ ਦੇ ਰਿਹਾ ਤੁਸੀਂ ਆਪੇ ਪੜ੍ਹ ਲਿਓ ਪਰ ਮੈਂ ਕਿਉਂਕਿ ਦੇਫਤੇਦਾਰ ਤੱਕ ਦੀ ਅਕਾਲ ਤੱਕ ਸਾਹਿਬ 레코ర్ਡਿੰਗ ਸੰਕੋਕੇ ਉਹਨਾਂ ਦੇ ਕਤਲ ਦੀ ਗੱਲ ਚੱਲ ਰਹੀ ਹੈ ਔਰ ਬਹੁਤ ਅਹਿਮ ਮੁੱਦਾ ਹੈ ਇਹਨੂੰ ਬਹੁਤ ਗੰਭੀਰਤਾ ਨਾਲ ਲੈਣਾ ਚਾਹੀਦਾ ਤਾਂ ਕਿ ਅੱਗੇ ਤੋਂ ਇਹੋ ਜਿਹੇ ਕੰਮ ਸਾਡੇ ਹੱਥ ਦੇ ਵਾਸਤੇ ਰਸਤੇ ਪੰਜਾਬ 'ਚ ਨਾ ਹੋਣ ਬਹੁਤ ਸੌਖਾ ਹੁੰਦਾ ਬਲੇਮ ਕਰਨਾ ਕਾਂਗਰਸੀਆਂ ਨੂੰ ਬਾਦਲਾਂ ਨੂੰ ਠੇਮਕਿਆਂ ਨੂੰ ਠੇਮਕਿਆਂ ਨੂੰ ਵਰਗੇ ਆਧੁਨੀ ਸਰਕਾਰ ਵੀ ਇੰਨੀ ਐਵੀਡੈਂਸ ਸਾਹਮਣੇ ਆਉਣ ਤੋਂ ਬਾਅਦ ਕੋਈ ਐਕਸ਼ਨ ਨਹੀਂ ਲੈਂਦੀ ਆਉਣ ਵਾਲੇ ਸਾਲਾਂ ਚ ਇਹਦੀ ਗਿਣਤੀ ਵੀ ਉਹਨਾਂ ਦੇ ਨਾਲ ਹੋਏਗੀ ਇਹ ਵੀ ਗੱਲ ਪੱਕੀ ਹੈ ਮੈਂ ਦੱਸਦਾ ਤੁਹਾਨੂੰ ਸਵਰਨ ਸਿੰਘ ਘੋਟਣਾ ਨੇ 65 ਨੌਜਵਾਨਾਂ ਦਾ ਕਤਲ ਕੀਤਾ ਇਹਦੀ ਪੂਰੀ ਜਾਣਕਾਰੀ ਇਸ ਸੰਸਥਾ ਨੇ ਇਕੱਠੀ ਕੀਤੀ ਉਹਨਾਂ ਬੰਬਿਆਂ ਦੇ ਨਾਂ ਪਿੰਡਾਂ ਦੇ ਨਾਂ ਤਹਿਸੀਲ ਜ਼ਿਲ੍ਹਾ ਸਾਲ ਕਰਉ ਕਿਤੇ ਕੀਤਾ ਲੇਕਿਨ ਕੰਪਲੀਟ ਨਹੀਂ ਆ ਉਹਨਾਂ ਨੇ ਕਿਹਾ ਕਿ ਬਹੁਤ ਸਾਰੇ ਲੋਕ ਐਸੇ ਸੀ ਜੀਨਾ ਨੇ ਸਾਨੂੰ ਬਿਆਨ ਦੇਣ ਤੋਂ ਮਨਾ ਕਰਤਾ ਕਿ ਅਸੀਂ ਡਰਦੇ ਆ ਜਾਂ ਸਾਡੇ ਤੇ ਹੋਰ ਐਕਸ਼ਨ ਹੋ ਸਕਦਾ ਜੇ ਅਸੀਂ ਨਾਮ ਲਾਵਾਂਗੇ ਤਾਂ ਇਸ ਕਰਕੇ ਨੰਬਰ ਕਿਤੇ ਬਹੁਤ ਜ਼ਿਆਦਾ ਵੀ ਹੋ ਸਕਦਾ ਪਰ 65 ਨੌਜਵਾਨ ਜੀਨਾ ਦੀ ਉਮਰ ਫਟ ਦੀ ਉਮਰ ਜਿਹੜੀ 25 ਤੋਂ 30 ਦੀ ਉਮਰ 22 23 ਸਾਲ ਦੇ ਨੇੜੇ ਸੀ ਉਹ ਤੋਂ ਵੀ ਘੱਟ ਕਈਆਂ ਦੀ ਕਾਲੀ 4 5 ਲੋਕ ਇਹੋ ਜਿਹੇ ਜਿਨ੍ਹਾਂ ਦੀ ਉਮਰ 30 32 ਸਾਲ ਤੋਂ ਉੱਪਰ ਦੀ ਨੇੜੇ ਠੇੜੇ ਦੀ ਜਤੇਦਾਰ ਸਾਭ ਨੂੰ ਛੱਡ ਕੇ ਜਿਨ੍ਹਾਂ ਦੀ ਉਮਰ ਜ਼ਿਆਦਾ ਸੀ ਹੁਣ ਮੈਂ ਥੋੜੀ ਜਿਹੀ ਤੁਹਾਨੂੰ ਐਗਜ਼ਾਮਪਲ ਦੇਣ ਲਈ ਏ ਇਨਫਾਪ ਨਾਮ ਦੀ ਸੰਸਥਾ ਨੇ ਆਪਣੀ ਕਈ ਸਾਲਾਂ ਦੀ ਮਿਹਨਤ ਕਾਰਗੁਜ਼ਾਰੀ ਤੋਂ ਬਾਅਦ ਜੋ ਰਿਪੋਰਟ ਪਬਲਿਸ਼ ਕੀਤੀ ਉਹਦੇ ਵਿੱਚ ਕਿਹੜੇ ਕਿਹੜੇ ਜ਼ਿਲ੍ਹੇ ਤੇ ਕੀ ਕੀ ਹੋਇਆ ਉਹ ਥੋੜਾ ਤੁਹਾਨੂੰ ਬਰੀਫ ਦਾ ਸਲਾਮ ਹੈ ਅਮਰਸਰ ਡਿਸਟ੍ਰਿਕਟ ਅਮਰਸਰ ਟੂ ਸਬ ਡਿਸਟ੍ਰਿਕਟ ਕੁਲਦੀਪ ਸਿੰਘ ਉਮਰ 20 ਹਾਲ ਉਨੂੰ ਮਾਰਿਆ ਜੇਰਾ ਕੋਈ ਮਤਲਬ ਕੋਈ ਉੱਤੇ ਮੁਕਾਦਮਾ ਨਹੀਂ ਚੱਲਿਆ ਕੁਝ ਨਹੀਂ ਜਿਹਨੂੰ ਆਪਾਂ ਇਨਕਾਊਂਟਰ ਕਹਿ ਦਿੰਨੇ ਆ ਉਹ ਤੋਂ ਪੱਟੀ ਸਭ ਡਿਸਟ੍ਰਿਕਟ ਹਜ਼ੂਰਾ ਸਿੰਘ ਹਰਬੰਸ ਸਿੰਘ ਸੁਖਵਿੰਦਰ ਸਿੰਘ ਠਿੱਖੀ ਪਿੰਡ ਦਾ ਨਾਂ ਪਿੰਡ ਦਾ ਸੁਖਵਿੰਦਰ ਸਿੰਘ ਦਾ ਹਰਬੰਸ ਸਿੰਘ ਦਾ ਉਜੋਕੇ ਪਿੰਡਾ ਗੂਬੋਕੇ ਪਿੰਡਾ ਔਰ ਹਜ਼ੂਰਾ ਸਿੰਘ ਦਾ ਬੂ ਆਪਰ। ਇਹ ਪਿੰਡਾਂ ਦੇ ਨਾਂ ਦੇ ਕੇ ਉਸ ਤੋਂ ਬਾਅਦ ਬਠਿੰਡਾ ਜ਼ਿਲ੍ਹਾ ਅਮਰਜੀਤ ਸਿੰਘ ਉਮਰ 24 ਸਾਲ ਪੁੱਛੋ ਮੰਡੀ ਫਰੀਦਕੋਟ ਡਿਸਟ੍ਰਿਕਟ ਜੈਤੋ ਸਬ ਡਿਸਟ੍ਰਿਕਟ ਮੰਦਾਰ ਸਿੰਘ ਇਹ ਉਮਰ 33 ਸਾਲ ਹੈ। ਇਹਦਾ ਪਿੰਡ ਹੈਗਾ ਬੀਚ ਮੰਡੀ ਬੀਚ ਮੰਡੀ ਪ੍ਰਤਪਾਲ ਸਿੰਘ ਏਵੀ ਬੀਜ ਨੰਦੀ ਪਿੰਡ ਦਾ ਨਾਮ ਫਰੋਜ਼ਪੁਰ ਜ਼ਿਲ੍ਹਾ ਅਮਰ ਸਿੰਘ ਉਮਰ 25 ਸਾਲ ਪਿੰਡ ਪੀਰ ਪੀਗੂ ਵਾਲਾ ਵੀਰਾ ਸਾਹਿਬ ਡਿਸਟ੍ਰਿਕਟ ਨਿਸ਼ਾਨ ਸਿੰਘ ਪੁੜਾਰੀ ਪਿੰਡ ਦਾ ਨਾਮ ਪ੍ਰੀਤਮ ਸਿੰਘ ਤਲਵੰਡੀ ਜੱਲੇ ਖਾਨ ਗੁਰਦਾਸਪੁਰ ਇਹ ਇਸ ਤਰ੍ਹਾਂ ਸਾਰੇ ਲੋਕਾਂ ਦੇ ਨਾਂ ਪਿੰਡਾਂ ਦੇ ਨਾਂ ਉਹਨਾਂ ਦੀ ਉਮਰ ਇਹ ਸਾਰਾ ਕੁਝ ਇਸ ਰਿਪੋਰਟ ਦਰਸਾਇਆ ਗਿਆ ਔਰ ਇਹਦੇ ਚ ਹੁਣ ਮੈਂ ਥੋੜਾ ਜਿਹਾ ਅੱਗੇ ਵੱਧਾ ਜਗਰਾਉਂ ਵੱਲ ਜਾਮੇ ਆ ਲੁਧਿਆਣੇ ਵੱਲ ਉੱਥੇ ਸਾਡੇ ਸਾਫਾ ਜਥੇਦਾਰ ਗੁਰਦੇਵ ਸਿੰਘ ਕੌਂਕੇ ਦਾ ਨਾਮ ਵੀ ਹੈ ਇਹ ਮੈਂ ਤੁਹਾਨੂੰ ਦੱਸਦੇ ਹਾਂ ਇਨ ਬੀਟਵੀਨ कपूरथला तो डिस्ट्रिक्ट गल की गई है फगवाड़ा सब डिस्ट्रिक्ट सुल्तानपुर लोधी लुधियाना डिस्ट्रिक्ट जगराव सब तो पहला अजमेर सिंह का ना वो उमर पच्ची साल पिंड का नाम रसूलपुर कोटला अवतार सिंह उम्र हैगी चौबीस साल या 25 साल बैच पा के लिखा होया ਪਿੰਡ ਦਾ ਨਾਮ ਕੌਕੇ ਇਹ ਵੀ ਉਸੇ ਕੌਕੇ ਪਿੰਡ ਦਾ ਬੰਦਾ ਜਿੱਥੋਂ ਦੇ ਜਤੇਦਾਰ ਗੁਰਦੇਵ ਸਿੰਘ ਕੌਕੇ ਨੇ ਉਸ ਤੋਂ ਬਾਅਦ ਨਾਮ ਆ ਜਾਂਦਾ ਗੁਰਦੇਵ ਸਿੰਘ ਕੌਕੇ ਲੇਕਿਨ ਇੱਥੇ ਕੋਈ ਜਤੇਦਾਰ ਨਹੀਂ ਲਿਖਿਆ ਗਿਆ ਕੋਈ ਉਹਨਾਂ ਦੀ ਜਾਣ ਪਛਾਣ ਨਹੀਂ ਦਿੱਤੀ ਗਈ ਉਮਰ 42-43 ਸਾਲ ਦੱਸੀ ਗਈ ਆ ਔਰ ਕੌਕੇ ਕਲਾ ਪਿੰਡ ਤੋਂ ਉਹਨਾਂ ਨੂੰ ਅੜਿਆ ਗਿਆ ਹਰਪਧਨ ਕੌਰ ਇਕ ਫੀਮੇਲ ਵੀ ਮਰੀ ਇਸ ਘੋਟਨਾ ਸਾਹਮਣੇ ਇਹ ਇਹਨਾਂ ਦਾ ਪਿੰਡ ਸੀ ਗਰੂਮੀ ਗਰੂਮੀ ਮੇਰੇ ਪਿੰਡ ਦੇ ਨੇੜੇ ਆ ਮਰਾ ਪਿੰਡ ਢੋਲਾਣਾ ਜਗਰਾਉਂ ਰਾਏਕੋਟ ਰੋਡ ਤੇ ਆਪੀ ਢੋਲਣ ਖਾਬੇ ਪੈ ਚਲੇ ਜਾਂਦੇ ਥੋੜੇ ਜੇ ਕੇਤੇ ਤੋ ਗਰੂਮੀ ਪੈਂਦਾ ਜਾਂਦਾ ਇਹ ਉਹ ਥੋੜੀ ਹਰਦੇਵ ਨੂੰ ਮਾਰਿਆ ਹਰਪਾਲ ਸਿੰਘ ਨੂੰ ਮਾਰਿਆ ਕਮਾਲਪੁਰਾ रूप सिंह जी ओ, 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 ओ भी इतना इस तरह ये सारे पिंडा के ना फिर खन्ना सब डिस्ट्रिक रायकोट सब डिस्ट्रिक मोगा च बाघा प्राणा सब डिस्ट्रिक मोगा सब डिस्ट्रिक सारे एक पूरा काला चिट्ठा इस संस्था ने ਸਵਾਰਨ ਸਿੰਘ ਘੋਟਨਾ ਦਾ ਪੂਰੀ ਸੱਚ ਕਰਕੇ ਆਲੜੀ ਛਾਪਿਆ ਹੋਇਆ ਪਬਲਿਕ ਡੋਮੇਨ ਚ ਲੇਕਿਨ ਫੇਰ ਵੀ ਸਾਰੀਆਂ ਸੰਸਥਾਵਾਂ ਸਾਰੇ ਲੋਕ ਚੁੱਪ ਰਹੇ ਬੋਲਿਆ ਕੋਈ ਨਹੀਂ ਸ਼ਾਇਦ ਅੱਜ ਵੀ ਡਰਦੇ ਆ ਕਿਤੇ ਘੋਟਣੇ ਦਾ ਪੂਤ ਆ ਕੇ ਤੁਹਾਡਾ ਗਲਾ ਨਾ ਦਬ ਦਵੇ ਇਸ ਕਰਕੇ ਡਰਦੇ ਨੇ ਇਹ ਜਾਂ ਸ਼ਾਇਦ ਲੋਕਾਂ ਨੇ ਹੁਣ ਕੋਰਾ ਵੀ ਇੱਕ ਹਿੰਮਤ ਜਿਨੂੰ ਆਪਾਂ ਕਹਿੰਦੇ ਆ ਮਰ ਚੁੱਕੀ ਲੋਕੇ ਸੰਗਲ ਲੱਗੇ ਕਿ ਸਾਡੇ ਬੋਲਣ ਨਾਲ ਸਾਡੇ ਕਹਿਣ ਨਾਲ ਕੋਈ ਫਰਕ ਨਹੀਂ ਪੈਣਾ ਸਿਸਟਮ ਜੋ ਚੱਲ ਰਿਹਾ ਨੇ ਇਸ ਤਰ੍ਹਾਂ ਹੀ ਚੱਲਣਾ ਕੋਈ ਪੈਦਾ ਨਹੀਂ ਅਸੀਂ ਕਿਉਂ ਬੋਲੀਏ ਕਿਉਂ ਦੁਸ਼ਮਣ ਆ ਪਾਈਏ ਕਿਉਂ ਬੁਰੇ ਬਣੀਏ ਲੇਕਿਨ ਦੋਸਤੋ ਜੇ ਸੱਚ ਬੋਲੋਗੇ ਇਹ ਸਾਰੀਆਂ ਚੀਜ਼ਾਂ ਪਿੱਛੇ ਰਹਿ ਜਾਂਦੀਆਂ। ਬੜਾ ਕੁਝ ਪੰਜਾਬ ਨੇ ਦੇਖਿਆ ਉਹਨਾਂ ਦਿਨਾਂ 'ਚ। ਬੜੇ ਲੋਕਾਂ ਨੇ ਉਸ ਤੋਂ ਬਾਅਦ ਉਸ ਤੇ ਕੰਮ ਵੀ ਕੀਤਾ। ਪਰ ਅਲਟੀਮੇਟ ਰਿਜ਼ਲਟ ਕੀ ਨਿਕਲਿਆ? ਕੁਝ ਨਹੀਂ। 65 ਨੌਜਵਾਨ ਏਤ ਸਵਰਨ ਸਿੰਘ ਕੋਟਲੇ ਨੇ ਮਾਰੇ। 65 ਥੋੜੀ ਨੀਂ ਹੁੰਦੀ। ਤੁਸੀਂ ਕਿਤੇ ਇੱਕ ਬੰਦਾ ਕੋਈ ਮਾਰ ਦਿੰਦਾ ਉਨੂੰ ਉਮਰ ਕੈਦ ਦੀ سزا ਉਹਨਾਂ ਦਿੱਤੀ ਹੈ ਇਹ ਹੁਣ 65 ਬਾਅਦ ਆਦੀ ਕਿ ਕ ਉਮਰ ਕੈਦ ਲਾ ਰਹੀਏ ਤੇ ਕਿੰਨੇ ਸਾਲ ਦੀ سزا ਹੋਣੀ ਚਾਹੀਦੀ ਸੀ ਉਹ ਤਾਂ ਹੋਇਆ ਨੂੰ ਹੋਇਆ ਕੀ ਇਹ ਜੀਨਾ ਬੰਦਿਆਂ ਨੇ ਸਮਰੀ ਟ੍ਰਾਇਲ ਕਰਕੇ ਸਮਰੀ ਕਿਲਿੰਗ ਕੀਤੀਆਂ ਘਰੋਂ ਮਦਾ ਚੱਕਿਆ ਥਾਣੇ ਲਿਆਂਦਾ ਤੋੜਿਆ ਪੰਨਿਆ ਕਟਿਆ ਮਾਰਿਆ ਉਹ ਤੋਂ ਬਾਅਦ ਗੋਲੀ ਮਾਰ ਕੇ ਟੁਕੜੇ ਕਰਕੇ ਲਾਸ਼ਾਂ ਦਰਿਆਵਾਂ ਤੇ ਟਿੱਡਤੀਆਂ ਉਹਨਾਂ ਨੂੰ ਤੁਸੀਂ ਨਾਮ ਦਿੱਤੇ ਉਹਨਾਂ ਦੇ ਬੱਚਿਆਂ ਨੂੰ ਨੌਕਰੀਆਂ ਦਿੱਤੀਆਂ ਪੁਲਿਸ ਫੋਰਸ ਤੂਸ ਤੂ ਸਾਡੇ ਕੁੜੀਆਂ ਮੁੰਡੇ ਅੰਤਰਰਾਸ਼ਟਰੀ ਫੀਲਡਾਂ 'ਚ ਸੋਨੇ ਦੇ ਤਗਮੇ ਚਾਂਦੀ ਦੇ ਤਗਮੇ ਜਿੱਤ ਕੇ ਆਉਂਦੇ ਆ ਉਹਨਾਂ ਨੂੰ ਨੌਕਰੀ ਨਹੀਂ ਮਿਲਦੀ ਬਾਹਾਨੇ ਬਾਦੀਆਂ ਹੁੰਦੀਆਂ ਤੇ ਜਿਹੜੇ ਕਤਲ ਕਰਕੇ ਉਹ ਵੀ ਯੂਨੀਫਾਰਮ 'ਚ ਉਹਨਾਂ ਨੂੰ ਪ੍ਰੋਮੋਸ਼ਨਾਂ ਤਗਮੇ ਮੈਡਲ ਔਰ ਉਹਨਾਂ ਦੇ ਬੱਚਿਆਂ ਨੂੰ ਨੌਕਰੀ ਇਹ ਨੁਕਸਾਨ ਤੁਹਾਨੂੰ ਕਿਤੇ ਸੰਸਥਾਨੋਂ ਇਹ ਵੀ ਰਿਸਰਚ ਕਰਨੀ ਚਾਹੀਦੀ ਆ ਕਿ ਜਿਹੜੇ ਲੋਕ ਉਸ ਦੌਰਾਨ ਅਤਵਾਦੀਆਂ ਨਾਲ ਮੁਕਾਬਲਿਆਂ 'ਚ ਮਰੇ ਉਹਨਾਂ ਦੇ ਕਿੰਨੇ ਬੱਚਿਆਂ ਨੂੰ ਅੱਗੇ ਨੌਕਰੀਆਂ ਦਿੱਤੀਆਂ ਗਈਆਂ ਹੁਣ ਮੈਨੂੰ ਇਹ ਲੱਗੋ ਪੁਲਿਸ ਫੋਰਸ 'ਚ ਕੋਈ ਖਾਲਾ ਜੀ ਦਾ ਵਾਰਾ ਨਹੀਂ ਆ ਪੁਲਿਸ ਫੋਰਸ ਕੋਈ ਬੈਂਕ ਆਫ ਬੜੋਦਾ ਨਹੀਂ ਆ ਜਿਦ ਤੇ ਮਨਾ ਤੇ ਮਰ ਗਿਆ ਤੇ ਤੇ ਧੀ ਪੁੱਤ ਨੂੰ ਕਲਰ ਕਲਾ ਲਾ ਲੋ ਕੈਸ਼ੇਰ ਲਾ ਲੋ ਕੀ ਤੁਸੀਂ ਕਦੇ ਆਰਮੀ ਤੇ ਸੁਣਿਆ ਫੌਜੀ ਸਾਡਾ ਬਾਰਡਰ ਤੇ ਲੜਦਾ ਮਰ ਜੀ ਉਹਨੇ ਮੁੰਡੇ ਨੂੰ ਭਰਤੀ ਕਰ ਲੈਣੇ ਤੁਸੀਂ ਨਹੀਂ ਅਗਰ ਉਹਦਾ ਮੁੰਡਾ ਸ਼ਰਤਾਂ ਪੂਰੀਆਂ ਨਹੀਂ ਕਰਦਾ ਉਹਦੀ ਹਾਈਟ ਬਰਾਬਰ ਨਹੀਂ ਆ ਛਾਤੀ ਬਰਾਬਰ ਨਹੀਂ ਆ ਉਹਦੇ ਮੈਡੀਕਲੀ ਫਿਟ ਨਹੀਂ ਆ ਕੁਆਲੀਫਿਕੇਸ਼ਨ ਬਰਾਬਰ ਨਹੀਂ ਆ ਨਹੀਂ ਭਰਤੀ ਕਰਦੇ ਹੋ ਜੇ ਤੁਸੀਂ ਪੁਲਿਸ ਭਾਰਤੀ ਨੇ ਤੁਹਾਨੂੰ ਪਤਾ ਹੁੰਦਾ ਤੁਸੀਂ ਮਾਰ ਵੀ ਸਕਦੇ ਹੋ ਤੁਸੀਂ ਗੁਨਾਹਗਾਰਾਂ ਨੂੰ ਤੁਹਾਡਾ ਬਾਹ ਪਾਣਾ ਕਿਤੇ ਗੋਲੀਆਂ ਲੱਗ ਸਕਦੀਆਂ ਤੇ ਕਾਹਲੇ ਕੰਪੈਸ਼ਨਲ ਗਰਾਊਂਡ ਤੇ ਨੌਕਰੀਆਂ ਦਿੰਦੇ ਤੁਸੀਂ ਆਦੇ ਮੁੰਡਿਆਂ ਕੁੜੀਆਂ ਨੂੰ ਔਰ ਮੁੰਡੇ ਜਦੋਂ ਪੁਲਿਸ ਫੋਰਚ ਆ ਜਾਂਦੇ ਆ ਪਹਿਲਾ ਕੀ ਹੁੰਦਾ ਕੰਮ ਜਿਨ੍ਹਾਂ ਨੇ ਮੇਰੇ ਪਿਓ ਨੂੰ ਮਾਰਿਆ ਸੀ ਉਹ ਤੋਂ ਬਦਲਾ ਲਓ ਜਿਹੜੇ ਕੰਮ ਕਰਦਾ ਪਿਓ ਮਾਰਿਆ ਗਿਆ ਉਹ ਹੀ ਕੰਮ ਅਗੇ ਨਾਲ ਦੇ ਪੁੱਤ ਕਰਨ ਲੱਗ ਜਾਂਦੇ ਮਦਨੇ ਲੈਣ ਬਿਚੱਕ ਕੇ ਕਿ ਕਿਉਂ ਕਾਵੇ ਲਈ ਕਾਦਾ ਕੰਪੈਸ਼ਨਲ ਗਰਾਉਂਡ ਯੂ ਆਰ ਸਰਵਿੰਗ ਅ ਰਿਸਕੀ ਰਿਸਕੀ ਸਰਵਿਸ ਤੁਹਾਨੂੰ ਪਤਾ ਕਿ ਜੇ ਮਰਤਾ ਗਿਆ ਮਰਗੇ ਤੁਹਾਨੂੰ ਪੈਨਸ਼ਨ ਮਿਲਦੀ ਸਭ ਮਿਲਦਾ ਕੰਪੰਪੇਸ਼ਨ ਮਿਲਦੀ ਆ ਅਗੇ ਨੌਕਰੀਆਂ ਕਾਦੇ ਲਈ ਉਹ ਜਿਹੜੀਆਂ ਤੁਸੀਂ ਗਲਤ ਤਰੀਕੇ ਨਾਲ ਕਾਤਲਾਂ ਦੇ ਔਲਾਦਾਂ ਨੂੰ ਨੌکریاں ਦਿੱਤੀਆਂ ਉਹਨਾਂ ਨੇ ਮਾਮਲਾ ਹੋਰ ਵਿਗਾੜਿਆ ਪੰਜਾਬ ਦਾ ਉਹਨਾਂ ਨੇ ਆਪਣੀਆਂ ਖੁੰਧ ਕਾ ਕੱਢਣ ਲੱਗੇ ਬਦਲੇ ਲੈ ਲਈ ਹੋਰ ਬੇਕੁਨਝ ਨੂੰ ਮਾਰਿਆ ਕਿ ਜਦੋਂ ਇੱਕ ਦੋ ਬੰਦਿਆਂ ਨੂੰ ਮਾਰ ਦਿੰਦੇ ਆ ਫਿਰ ਹੌਸਲਾ ਵੱਧ ਜਾਂਦਾ ਫਿਰ ਪੈਸੇ ਇਕੱਠੇ ਕਰਨ ਨਾਲ ਹੋ ਜਾਂਦੇ ਆ ਇਹਨਾਂ ਸਾਰਿਆਂ ਦੇ ਰਿਕਾਰਡ ਕਢਾ ਕੇ ਦੇਖੋ ਜਿਨ੍ਹਾਂ ਦੇ ਮਰੇ ਹੋਏ ਪਿਓਾਂ ਦੇ ਬੱਚਿਆਂ ਨੇ ਨੌਕਰੀਆਂ ਲੈ ਕੇ ਕੀ ਕੀ ਕੀਤੀਆਂ ਕਾਰਨਾਮੇ ਕੀਤੇ ਆ ਸਾਰਿਆਂ ਦੀ ਜਾਂਚ ਪੜਤਾਲ ਹੋਣੀ ਚਾਹੀਦੀ ਏ ਇਹ ਕੋਈ 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 ਕਲਰ ਕੀ ਰავਿਸ਼ਾ ਜੇ ਕਿ ਮਾਨਦਾਰ ਕਲਰ ਕੋ ਵਿਚਾਰਾ ਨੌਕਰੀ ਕਰਦਾ ਮਰ ਗਿਆ ਹੱਟ ਅਟੈਕ ਨਾਲ ਘਰਚੋਰ ਕਿ ਕੁਮਾਰੋ ਵਾਲਾ ਨਹੀਂ ਐ ਇਸ ਕਰਕੇ ਉਹਦੇ ਨਕ ਚੇਤਰ ਕੇ ਨੋ ਨੌਕਰੀ ਦੇ ਰਿਹਾ ਕੋਈ ਬੰਦਾ ਪਾਕਿਸਤਾਨ ਦੀ ਜੇਲ੍ਹ ਚ ਮਰ ਜਾਂਦਾ ਅੱਗੇ ਉਹਦੇ ਮੁੰਡੇ ਕੁੜੀਆਂ ਨੂੰ ਤਹਿਸੀਲਦਾਰ 라 ਪਿੰਨੇ ਆ ਕਿਹੜਾ ਕਿਹੜਾ ਤਰੀਕਾ ਹੈ ਕਿ ਕਿਹੜੀ ਕੁਆਲੀਫਿਕੇਸ਼ਨ ਆਏ ਮਰਿਆ ਕੋਈ ਤੇ ਫਾਇਦਾ ਕਿਤੇ ਨੂੰ ਉਹਲਾ ਮੈਟਰੀਅਲ ਕਰੋ ਉਹਨਾਂ ਨੂੰ ਲੈਟਮ ਕੰਮ ਐਂ ਕਰ ਉਹਨਾਂ ਮਾਰੇ ਉਹ ਬੱਚੇ ਪੜ੍ਹ ਲਿਖਣ ਆਪਣਾ ਕੰਪਲੀਟ ਕਰਨ ਫਿਰ ਕੋਰ ਚਾਣ ਗੱਲ ਬਣਦੀ ਫਿਰ ਉਹ ਜਥਾ ਆਉਣਗੇ ਜਾ ਵੀ ਮੈਂ ਆਪਣੇ ਵੱਲ ਬੁੱਟਿਆਂ ਨਾਲ ਆ ਪੜ ਕੇ ਕੁਆਲੀਫਾਈ ਕਰਕੇ ਤਾਂ ਮੈਂ ਆਇਆ ਅੱਜ ਇਹਨੀਆਂ ਵੱਡੀਆਂ ਨਮੂਸ਼ੀਆਂ ਦਾ ਸਾਹਮਣਾ ਪੰਜਾਬ ਪੁਲਿਸ ਨੂੰ ਕਰਨਾ ਪੈ ਰਿਹਾ ਇਹਨਾਂ ਚੋਂ ਬਹੁਤੀ ਗਿਣਤੀ ਉਹਨਾਂ ਬੰਦਿਆਂ ਦੀ ਹੈ ਜਿਹੜੇ ਆਪਣੇ ਪਿਓ ਦੀ ਸੋ ਕਾਲਡ ਕੁਰਬਾਨੀ ਕਰਕੇ ਨੌਕਰੀਆਂ ਚਾਹੇ ਆ ਇਹ ਸਰਕਾਰ ਆਮ ਸੋਚਣਾ ਪਊਗਾ ਔਰ ਕਿਤੇ ਨਾ ਕਿਤੇ ਆਰਗੇਨਾਈਜੇਸ਼ਨ ਨੂੰ ਅੰਡਰ ਅਗਲਾ ਹਾਈ ਕੋਰਟ ਨੂੰ ਮੂਵ ਕਰਨਾ ਚਾਹੀਦਾ ਕਿ ਇਹੋ ਜੀਆਂ ਹਰ ਕਿਤਾਬ ਦੇ ਲਈ ਬੰਦ ਕੀਤੀਆਂ ਜਾਣ ਨਹੀਂ ਹੋਣਾ ਚਾਹੀਦਾ ਹੈ ਕਿ ਤਾ ਤੁਸੀਂ ਕਿਸੇ ਦਾ ਹੱਕ ਮਾਰ ਰਹੇ ਹੋ ਜਿਹੜੀ ਨੌਕਰੀ ਕਿਸੇ ਹੋਰ ਨੂੰ ਮਿਲਣੀ ਚਾਹੀਦੀ ਸੀ ਤੁਸੀਂ ਲੈ ਜਾਂਦੇ ਹੋ ਕੀਤਾ ਕਰਾ ਤੁਸੀਂ ਕੁਝ ਨਹੀਂ ਕਿਤੇ ਬਾਰਡਰ ਤੇ ਲੜ ਕੇ ਮਰਦੇ ਦੇਸ਼ ਦੇ ਦੁਸ਼ਮਣਾਂ ਨਾਲ ਲੜ ਕੇ ਮਰਦੇ ਤੇ ਦੇ ਆਪਣੇ ਲੋਕਾਂ ਨੂੰ ਤੁਸੀਂ ਦੇਸ਼ ਦੇ ਦੁਸ਼ਮਣ ਸਮਝਣਾ ਹੈ ਇਹੋ ਹੋਣਾ ਕਿ ਜਿਹਨਾਂ ਨੂੰ ਮਾਰਿਆ ਉਹ ਵੀ ਤਾਂ ਸ਼ਹੀਦ ਆ ਜਿਹੜੇ ਮਾਰੇ ਗਏ ਨੇ ਬੰਦੇ 65 ਬੰਦੇ ਜਿਹੜੇ ਕੋਟਨੇ ਨੇ ਮਾਰੇ ਜਿਨ੍ਹਾਂ ਦਾ ਰਿਕਾਰਡ ਇਹਨਾਂ ਸਾਫ ਸੰਸਥਾ ਕੋਲ ਆ ਉਹ 65 ਦੇ 65 ਬੰਦਿਆਂ ਦੇ ਬੱਚਿਆਂ ਨੂੰ ਨੌਕਰੀ ਦਿੱਤੀ ਤੁਸੀਂ ਕਿਸੇ ਨੂੰ ਨਹੀਂ ਕੀ ਗੁਨਾਹ ਸੀ ਉਹਨਾਂ ਦਾ ਕਿਹੜਾ ਕੇਸ ਚਲਾਇਆ ਤੁਸੀਂ ਉਹਨਾਂ 'ਤੇ ਕਿਹੜਾ ਮੁਕੱਦਮਾ ਚੱਲਿਆ ਕਿਹੜਾ ਵਕੀਲ ਸੀ ਉਹਨਾਂ ਦਾ ਕਿਹੜੀ ਗੱਲ ਸੁਣੀ ਨਾ ਤੁਸੀਂ ਸੁਣੀ ਨਾ ਕਾਨੂੰਨ ਨੇ ਸੁਣੀ ਪਹੁੰਚਣੀ ਨ ਦਿੱਤੀ ਕਾਨੂੰਨ ਤੱਕ ਛੁੜਨੀ ਕੀ ਨਹੀਂ ਕੀ ਇਹ ਸਮਰੀ ਟ੍ਰਾਇਲ ਇਹ ਬਣਾ ਨਾ ਪਬਲਿਕ ਚੰਦੀਆਂ ਸਾਟਾ ਤੇਜ ਇੱਕ ਡੈਮੋਕਰੇਟਿਕ ਕੰਟਰੀ ਹੈ ਕਾਨੂੰਨ ਦਾ ਰਾਜ ਆ ਉਹ ਤੁਹਾਡੇ ਕੋਲੋਂ ਭੱਜੇ ਇਥੋਂ ਦੇ ਟਕੇ ਟਕੇ ਦੇ ਬਦਮਾਸ਼ ਕੈਨੇਡਾ ਅਮਰ ਕਸਬਰਕੀ क्रूरानियां ਪਰੋਟੀਆਂ ਮੰਗੀ ਜਾਂਦੇ ਆ ਪਾਠਕ ਨੂੰ ਭੱਜੇ ਇਥੋਂ ਉੱਤੇ ਦਾ ਕੇ ਬਿਜ਼ਨਸ ਕਰੀ ਜਾਂਦੇ ਆ ਉਹ ਤਾਂ ਤੂੰ ਫੜੇ ਨਹੀਂ ਗਏ ਲੱਭੇ ਨਹੀਂ ਗਏ ਨਾ ਵਾਪਸ ਲੈ ਆਪੇ ਜਾਂਦੇ ਆ ਤੇ ਦੂਜਿਆਂ ਪੰਚਾਇਤ ਦਾ ਨਾਮ ਖਰਾਬ ਕਰਨੇ ਬਾਹਰ ਬੈਠੇ ਉਹਰੇ ਬਾਰੇ ਕੋਈ ਆਖਿਣੀ ਨਹੀਂ ਜਿਹੜੇ ਇਨਾ ਇਨਾ ਲੰਮਾ ਰਿਕਾਰਡ ਜਿਨ੍ਹਾਂ ਦਾ ਕ੍ਰਾਈਮ ਦਾ ਇਹਨੇ ਨੇ ਮਲਡਰ ਕੀਤੇ ਹੋਏ ਬੈਠੇ ਆ ਉਹਨਾਂ ਇਹ ਤਾਂ ਸਾਬਰੀ ਟ੍ਰਾਇਲ ਹੁੰਦੀ ਹੀ ਨਹੀਂ ਕਿਉਂ ਨੌਜਵਾਨ ਵਿਚਾਰੇ ਬਿੰਦਾ ਝੁਟੇ ਗਰੀਬ ਜੀਣਾ ਪੜੀਨਾ ਤਾਂ ਉਪਾਉਤ ਸੀ ਨਾ ਕੋਈ ਵੱਡੇ ਪਰਿਵਾਰ ਸੀ ਉਹਨਾਂ ਨੂੰ ਟੋਣੀ ਟੁਣਕੇ ਤੱਕ ਮਾਰ ਤੱਕ ਤੁਹਾਡਾ ਤਰੱਕੀਆਂ ਲੈਣੀਆਂ ਸੀ ਬੈਟਰ ਲੈਣੀਆਂ ਸੀ ਇਹਨਾਂ ਦੇ ਗੁਨਾਹਗਰ ਹੋਣਗੇ ਤੇ ਇਹਨੇ ਕਹਿੰਦੇ ਨਹੀਂ ਸੀ ਪਰ ਉਹਨਾਂ ਨੂੰ ਤਰੀਕਾ ਹੋਰ ਹੁੰਦਾ ਡੀਲ ਕਰਨ ਦਾ ਇਹ ਜੇ ਤੁਸੀਂ ਉਹ ਕੋਡ ਕਚੈਰੀ ਲੈ ਕੇ ਗਏ ਹੁੰਦੇ ਆ ਜੋ ਵੀ ਜਉਂਦੇ ਹੁੰਦੇ ਨਾ ਤੁਹਾਡੇ ਤੇ ਤੋਂਪਤਾ ਲੱਗਦੀਆਂ ਨਾ ਤੁਹਾਡਾ ਨਾਮ ਕੋਲਣਾ ਪੈਂਦਾ ਨਾ ਇਹੋ ਜਿਹੀ ਕੋਟਰਾ ਕੱਲਾ ਨਹੀਂ ਆ ਇਹੋ ਜਿਹਾ ਹੋਰ ਬਹੁਤ ਨੇ ਇਹ ਸੰਸਥਾਨ ਹੈ 40 ਅਪਸਰਾ ਦੀ ਲਿਸਟ ਦੀ ਕਿਹੜੇ ਬੰਦੇ ਨੇ ਕਿੰਨੇ ਮਾਰੇ ਸਾਰਿਆਂ ਦੇ ਨਾਮ ਦਿੱਤੇ 5000 ਤੋਂ ਜ਼ਿਆਦਾ ਬੰਦੇ ਬਿਨਾ ਟ੍ਰਾਇਲ ਤੋਂ ਬਿਨਾ ਕਿਤੇ ਕਾਰਨ ਤੋਂ ਮਾਰੇ ਗਏ ਉਸ ਸਮੇਂ ਪੰਜਾਬ 70s ਔਰ 90s ਦੇ ਦੌਰਾਨ ਔਰ ਕਈ ਹਜ਼ਾਰ ਲੋਕਾਂ ਨੇ ਇਹ ਸੰਸਥਾ ਨੂੰ ਬਿਆਨ ਦੇਣੇ ਸਹੀ ਨਹੀਂ ਸਮਝਦੇ ਕਿਸੇ ਕਾਰਨ ਕਰਕੇ ਨਹੀਂ ਤਾਂ ਗਿਣਤੀ ਸ਼ਾਇਦ 10000 ਤੱਕ ਵੀ ਪਹੁੰਚ ਜਾਂਦੀ। ਸੋ ਦੋਸਤੋ ਅੱਜ ਦੇ ਐਪੀਸੋਡ ਦਾ ਇਨਾ ਹੀ ਮਤਲਬ ਸੀ ਨਵਾਂ ਸਾਲ ਸ਼ੁਰੂ ਹੋਇਆ ਰਾਲ ਮਨ ਲੈ ਕੇ ਕਾਕੀਦਾ ਕਰੋ ਫੈਸਲਾ ਕਰੋ ਹਿੰਮਤ ਕਰੋ ਹੌਸਲਾ ਕਰੋ ਸੱਚ ਬੋਲਣ ਦੀ ਹਿੰਮਤ ਰੱਖੋ ਛੋਟੇ ਸਾਹਿਬ ਜਦਿਆਂ ਦਾ ਸ਼ਹੀਦੀ ਦਿਵਸ ਹੁਣੇ-ਹੁਣੇ ਨਿਕਲਿਆ ਉਹਨਾਂ ਦੀ ਯਾਦ ਆਪਣੇ ਦਿਲਾਂ 'ਚ ਬਸਾਓ ਮਰਦ ਬਣੋ ਹਿੰਮਤ ਰੱਖੋ ਪਏ ਪੰਜਾਬ ਨੂੰ ਬਚਾਓ ਨਹੀਂ ਤੇ ਜਿਸ ਤਰੀਕੇ ਨਾਲ ਠੋਪਲਾਂ ਹੋ ਰਿਹਾ ਆਉਣ ਵਾਲੇ ਕੁਝ ਸਾਲਾਂ 'ਚ ਤੁਸੀਂ ਕੱਲੇ ਕੱਲੇ ਪੂਰੇ ਪੂਰੇ ਕਾਰਜ ਬੈਠੇ ਰੋਇਆ ਕਰੋਗੇ ਬਿਜਲੀ ਫਰੀ ਮਿਲੇ ਜਾਣੀਆਂ ਬੱਤੀ ਜਗੀ ਜਾਣੀਆਂ ਰਾਸ਼ਨ ਫਰੀ ਤੁਹਾਨੂੰ ਮਿਲੇ ਜਾਣਾ ਤੁਸੀਂ ਖਾਈ ਜਾਣਾ ਪਰ ਤੁਹਾਡਾ ਹਾਲ ਪੁੱਛਣ ਵਾਲਾ ਕੋਈ ਨਹੀਂ ਹੋਣਾ ਤੁਸੀਂ ਆਪਣੀ ਜ਼ਿੰਮੇਵਾਰੀ ਤੋਂ ਭੱਜ ਰਹੇ ਹੋ ਮੈਂ ਤਾਂ ਚੌਕੀਦਾਰ ਹਾਂ ਤਰੋੜਾ ਪੋਣਾ ਮੇਰਾ ਕੰਮ ਹੈ ਕਿ ਜਾਗਦੇ ਰਹੋ ਖਿਆਲ ਰੱਖੋ ਆਪਣਾ ਆਪਣੇ ਧਨ ਮਾਲ ਦਾ ਘਰ ਦਾ ਮਾਹੂ ਕਾ ਬੇਬਿਆ ਅੱਗੇ ਤੁਹਾਡੀ ਮਰਤੀ ਜਾਗਣਾ ਨਹੀਂ ਜਾਗਣਾ ਅਵੇਸਰੇ ਹੋਣਾ ਹੋਈ ਜਾਓ ਪਹਿ ਇੱਕ ਜਨਰੇਸ਼ਨ ਨੇ ਭੋਗਤ ਲਿਆ ਅਗਲੀ ਜਨਰੇਸ਼ਨ ਭੱਜੀ ਜਾ ਰਹੀ ਆ ਉਦੋਂ ਅਗਲੀ ਜਨਰੇਸ਼ਨ ਦਾ ਕੀ ਹੋਊਗਾ ਇਹ ਪਤਾ ਨਹੀਂ শ্রোਤਾ ਦਰ ਸਾਰਿਆਂ ਦਾ ਬਹੁਤ ਧੰਨਵਾਦ ਇੱਕ ਵਾਰੀ ਫੇਰ ਮੈਂ ਮਾਰੇ ਤੇ ਨਾਲ ਹੀ ਕਹਿ ਰਿਹਾ ਮੈਂ 9 ਸਾਲ ਦੀ ਤੁਹਾਨੂੰ ਸਾਰਿਆਂ ਨੂੰ ਮੁਬਾਰਕਾਂ ਇੱਕ ਆਸ ਨਾਲ ਕਹਿ ਰਿਹਾ ਕਿ ਹਾਲ ਸਾਡੇ ਪੰਜਾਬ ਲਈ ਸਾਡੇ ਲੋਕਾਂ ਲਈ ਸਾਡੇ ਲੋਕਾਂ ਦੀ ਖੁਸ਼ਹਾਲੀ ਲਈ ਪੰਜਾਬ ਦੀ ਬਿਹਤਰੀ ਲਈ ਚੰਗਾ ਆਵੇ ਇਹ ਅਰਦਾਸ ਕਰਦਾ ਤੁਹਾਡਾ ਸਾਰਿਆਂ ਦਾ ਸਾਥ ਚਾਹੀਦਾ ਆਉਣ ਵਾਲੇ ਦਿਨਾਂ ਤੇ ਕੀ ਸੰਦੇਸ਼ ਕਿ ਸੇ ਕਹਾਣੀਆਂ ਪੰਜਾਬ ਨਾਲ ਜੁੜੇ ਜਿਹੜੇ ਜੋ ਖਾਂਤ ਵੀ ਹੁੰਦੇ ਆ ਤੇ ਚੱਗੇ ਵੀ ਹੁੰਦੇ ਆ ਇਹੋ ਜੇ ਲੈ ਕੇ ਤੁਹਾਡੇ ਨਾਲ ਹਾਜ਼ਰ ਹੁੰਦੇ ਰਵਾਂਗੇ ਉਦੋਂ ਤੱਕ ਤੁਹਾਡਾ ਸਾਰਿਆਂ ਦਾ ਬਹੁਤ ਬਹੁਤ ਸ਼ੁਕਰੀਆ ਧੰਨਵਾਦ